ਜੁੱਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ ਅੱਜ ਦੇ ਪਰਮਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲ ਮਹੱਲਾ ਪੰਜਵਾ ਸ਼ੰਤ ਇੱਕ ਓ ਓੰਕਾਰ ਸਤ ਗੁਰ ਪਰਸਾਦ ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ ਅਬਨਾਸੀ ਵਾਰ ਸੁਣਿਆ ਮਨ ਉਪਜਿਆ ਚਾਹਿਆ ਰਾਮ ਮਨ ਪ੍ਰੀਤ ਲੱਗੈ ਵੱਡੈ ਭਾਗੈ ਕਬ ਮਿਲਿਐ ਪੂਰਨ ਪਤੇ ਸਹਜੇ ਸਮਈਐ ਗੋਵਿੰਦ ਪਈਐ ਦੇਹੋ ਸਖੀਏ ਮੋਹਿ ਮਤੇ ਦੇਨੇ ਰੈਣ ਠੰਡੀ ਕਰਉ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਬਿਨਵੰਤ ਨਾਨਕ ਕਰਹੁ ਕਿਰਪਾ ਲਾਹੁ ਮੋਹ ਲੜ ਲਾਇਆ ਪ੍ਰਯਾਸ ਮਾਹੜਾ ਹਰ ਰਤਨ ਵਿਸਾਹਾਰਾਮ ਖੋਜ ਖੋਜ ਲੱਦਾ ਹਰ ਸੰਤਨ ਪਹਾਰਾਮ ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਵਿਚਾਰੂ ਇਕ ਚਿੱਤ ਇਕ ਮਨ ਧਿਆਇ ਈਸ਼ਵੰਮੀ ਲਾਏ ਪ੍ਰੀਤ ਪਿਆਰੁ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲ ਹਰਿ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹ ਸਹ ਅਟਲ ਗਣਿਆ ਪੂਰਨ ਸੰਜੋਗੋ ਨਾਮ ਸੁਖ ਹ ਸਮੂਹ ਭਇਆ ਗਿਆ ਵਿਜੋਗੋ ਰਾਮ ਮਿਲ ਸੰਤੇ ਆਏ ਰਬ ਧਿਆਏ ਬਣੇ ਅਚਰਜ ਜਾਨੀਆਂ ਮਿਲ ਇਕਤ੍ਰ ਹੋਏ ਸਹਜ ਢੋਏ ਮਨ ਪ੍ਰੀਤ ਉਪਜੀ ਮਾਨੀਆਂ ਮਿਲ ਜੋਤ ਜੋਤੀ ਓਤ ਪੋਤੀ ਹਾਰੇ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮਿਲੀ ਪ੍ਰਭ ਕਰਨ ਕਾਰਣ ਜੁਗ ਭਵਨ ਸੁਹਾਵੜਾ ਤਰਤਸ ਭਾਗੀ RAM ਰਬ ਘਰ ਆਏ ਅੜਾ ਗੁਰ ਚਰਣੀ ਲਾਗੀ RAM ਗੁਰ ਚਰਣੀ ਲਾਗੀ ਸਹਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਛੁੰਨੇ ਆ आनंद अनदेना आन वजहे वाजे अहम मत मन की त्यागी बिनवंत नानक शरण सुवामी संत संग लेव लागी आनंद अनदेना आन वजहे वाजे ਅਹੰ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਣ ਸੁਬੰਮੀ ਸੰਤ ਸੰਗ ਲਿਵ ਲਾਗੀ ਬਿਲਾਵਲ ਮਹੱਲਾ 5 ਛੰਤ ਰਾਗ ਬਿਲਾਵਲ ਵਿੱਚ ਗੁਰੂ ਅਰਜਨ ਦੇਵ ਜੀ ਦੀ ਬਾਣੀ ਛੰਦ ਮਹਾਰਾਜ ਉਚਾਰਨ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰਗਲ ਸਾਜ ਭਿਆ ਪ੍ਰਭ ਆਪਣਾ ਗਾਇਆ RAM हे ਸਹੇਲਿਏ ਪਿਆਰੇ ਪ੍ਰਭ ਦੀ ਸਿਫਤ ਸਲਾਹ ਦਾ ਗੀਤ ਗਾਵਿਆਂ ਮਨ ਵਿੱਚ ਖੁਸ਼ੀ ਦਾ ਰੰਗ ਢੰਗ ਬਣ ਜਾਂਦਾ ਹੈ ਅਬਨਾਸੀ ਵਰ ਚੁਣਿਆ ਮਨ ਉਪਜਿਆ ਚਾਇਆ RAM ਉਸ ਕਦੇ ਨਾ ਮਰਨ ਵਾਲੇ ਖਸਮ ਪ੍ਰਭੂ ਦਾ ਨਾਮ ਸੁਣਿਆ ਮਨ ਵਿੱਚ ਚਾਉ ਪੈਦਾ ਹੋ ਜਾਂਦਾ ਹੈ ਮਨ ਪ੍ਰੀਤ ਲੱਗ ਵੱਡਾ ਭਗ ਹੈ ਕਬ ਮਿਲੀ ਹੈ ਪੂਰਨ ਪਤੇ ਜਦੋਂ ਵੱਡੀ ਕਿਸਮਤ ਨਾਲ ਕਿਸੇ ਜੀਵ ਇਸਤਰੀ ਦੇ ਮਨ ਵਿੱਚ ਪਰਮਾਤਮਾ ਪਤੀ ਦਾ ਪਿਆਰ ਪੈਦਾ ਹੁੰਦਾ ਹੈ ਤਦੋਂ ਉਹ ਉਤਾਵਲੀ ਹੋ ਪੈਂਦੀ ਹੈ ਕਿ ਉਸ ਸਾਰੇ ਗੁਣਾਂ ਦੇ ਮਾਲਕ ਪ੍ਰਭੂ ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ ਸਹਜੇ ਸਮਈਏ ਗੋਵਿੰਦ ਪਈਏ ਦੇਹ ਵਸਖੀਏ ਮੋਹ ਹਮਤੇ ਉਸ ਨੂੰ ਅੱਗੋਂ ਇਹੋ ਹੀ ਉੱਤਰ ਮਿਲਦਾ ਹੈ ਜੇ ਆਤਮਿਕ ਅਡੋਲਤਾ ਵਿੱਚ ਲੀਨ ਰਹੀਏ ਤਾਂ ਪਰਮਾਤਮਾ ਪਤੀ ਮਿਲ ਪੈਂਦਾ ਹੈ ਦਿਨ ਰੈਣ ਠੰਢੀ ਕਰੋ ਸੇਵਾ ਪ੍ਰਭ ਕਵਨ ਜੁਗਤੀ ਪਾਇਆ ਉਹ ਭਾਗਾ ਵਾਲੀ ਜੀਵ ਇਸਤਰੀ ਮੁੜ ਮੁੜ ਪੁੱਛਦੀ ਹੈ हे ਸਹੇਲਿਏ ਮੈਨੂੰ ਮਤ ਦੇ ਕਿ ਕਿਸ ਤਰੀਕੇ ਨਾਲ ਪ੍ਰਭੂ ਪਤੀ ਮਿਲ ਸਕਦਾ ਹੈ हे ਸਹੇਲਿਏ ਦੱਸ ਮੈਂ ਦਿਨ ਰਾਤ ਖਲੋਤੀ ਤੇਰੀ ਸੇਵਾ ਕਰਾਂਗੀ ਬਿਨਵੰਤ ਨਾਨਕ ਕਰਹੁ ਕਿਰਪਾ ਲੈ ਮੋਹ ਲੜ ਲਾਇਆ ਨਾਨਕ ਵੀ ਬੇਨਤੀ ਕਰਦਾ ਹੈ हे ਪ੍ਰਭੂ ਮੇਰੇ ਉੱਤੇ ਮਿਹਰ ਕਰ ਮੈਨੂੰ ਆਪਣੇ ਲੜ ਨਾਲ ਲਈ ਰੱਖ ਭਇਆ ਸਮਾਹੜਾ ਹਰ ਰਤਨ ਵਿਸਾਹ ਰਾਮ ਏ ਭਾਈ ਪਰਮਾਤਮਾ ਦਾ ਨਾਮ ਕੀਮਤੀ ਰਤਨ ਹੈ ਜਿਹੜਾ ਮਨੁੱਖ ਇਹ ਹਰ ਨਾਮ ਵਿਹਾਜਦਾ ਹੈ ਉਸ ਦੇ ਅੰਦਰ ਧੀਰਜ ਪੈਦਾ ਹੋ ਜਾਂਦੀ ਹੈ ਖੋਜੀ ਖੋਜ ਲੱਦਾ ਹਰ ਸੰਤਨ ਪਾਹ ਰਾਮ ਪਰ ਇਹ ਨਾਮ ਰਤਨ ਕੋਈ ਵਿਰਲਾ ਖੋਜ ਕਰਨ ਵਾਲਾ ਮਨੁੱਖ ਭਾਲ ਕਰਕੇ ਸੰਤ ਜਨਾ ਪਾਸੋਂ ਹੀ ਹਾਸਲ ਕਰਦਾ ਹੈ ਮਿਲੇ ਸੰਤ ਪਿਆਰੇ ਦਇਆਧਾਰੇ ਕਤਹਿ ਅਕਥ ਵਿਚਾਰੂ ਜਿਸ ਵਡਭਾਗੀ ਮਨੁੱਖ ਨੂੰ ਪਿਆਰੇ ਸੰਤ ਜਨ ਮਿਲ ਪੈਂਦੇ ਹਨ ਉਹੀ ਮਿਹਰ ਕਰਕੇ ਉਸ ਨੂੰ ਅਕਥ ਪ੍ਰਭੂ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਸੁਣਾਉਂਦੇ ਹਨ ਇੱਕ ਚਿੱਤ ਇੱਕ ਮਨ ਧਾਏ ਸਮਾਮੀ ਲਾਇ ਪ੍ਰੀਤ ਪਿਆਰੋ 헤 ਭਾਈ ਸੰਤ ਜਨਾ ਦੀ ਸੰਗਤ ਵਿੱਚ ਰਹਕੇ ਸੁਰਤ ਜੋੜਕੇ ਮਨ ਲਾ ਕੇ ਪ੍ਰਭੂ ਚਰਨਾਂ ਨਾਲ ਪਿਆਰ پا ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ ਕਰ ਜੋੜ ਪ੍ਰਭ ਪਹਿ ਕਰ ਬੇਨੰਤੀ ਮਿਲੇ ਹਰ ਜਸ ਲਾਹਾ ਪ੍ਰਭੂ ਦੇ ਦਰ ਤੇ ਦੋਨੇ ਹੱਥ ਜੋੜ ਕੇ ਅਰਦਾਸ ਕਰਿਆ ਕਰ ਜਿਹੜਾ ਮਨੁੱਖ ਨੇਤਿ ਅਰਦਾਸ ਕਰਦਾ ਰਹਿੰਦਾ ਹੈ ਉਸ ਨੂੰ ਮਨੁੱਖਾ ਜੀਵਨ ਦੀ ਖੱਟੀ ਵੱਜੋਂ ਪਰਮਾਤਮਾ ਦੀ ਸਿਫਤ ਸਲਾਹ ਦੀ ਦਾਤ ਮਿਲਦੀ ਹੈ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹ ਏ ਪਹੁੰਚ ਤਿ ਅਥਾਹ ਪ੍ਰਭ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ ਮੈਂ ਤੇਰਾ ਦਾਸ ਹਾਂ ਤੂੰ ਮੇਰਾ ਮਾਲਕ ਹੈ ਮੈਨੂੰ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ ਸਾਹਾ ਅਟਾਲੇ ਗਣਿਆ ਪੂਰਨ ਸੰਜੋਗੋ ਰਾਮ ਕੁੜੀ ਮੁੰਡੇ ਦੇ ਵਿਆਹ ਦਾ ਮਹੂਰਤ ਮਿੱਥਿਆ ਜਾਂਦਾ ਹੈ ਲਾੜੇ ਦੇ ਨਾਲ ਜਾਣੇ ਆਉਂਦੇ ਹਨ ਲੜਕੀ ਵਾਲਿਆਂ ਦੇ ਘਰ ਢੁਕਦੇ ਹਨ ਲੜਕੀ ਦੇ ਸੰਬੰਧੀਆਂ ਦੇ ਮਨ ਵਿੱਚ ਉਸ ਵੇਲੇ ਖੁਸ਼ੀ ਹੁੰਦੀ ਹੈ ਜਾਨੀਆਂ ਨੂੰ ਉਹ ਕਈ ਸੁਆਦਲੇ ਭੋਜਨ ਖਵੰਦੇ ਹਨ ਪੰਦਾ ਲਾਵਾ ਪੜ ਕੇ ਲੜਕੇ ਲੜਕੀ ਦਾ ਮੇਲ ਕਰ ਦਿੰਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਦੀ ਬਰਕਤ ਨਾਲ ਜੀਵ ਇਸਤਰੀ ਅਤੇ ਪ੍ਰਭੂ ਪਤੀ ਦੇ ਮਲਾਪ ਦਾ ਕਦੇ ਨਾ ਖੁੰਝਣ ਵਾਲਾ ਮਹੂਰਤ ਸੋਧਿਆ ਜਾਂਦਾ ਹੈ ਸੁਖ ਹੈ ਸਮੂਹ ਭਿਆ ਗਿਆ ਵਿਜਗ ਰਾਮ ਸਾਧ ਸੰਗਤ ਦੀ ਕਿਰਪਾ ਨਾਲ ਜੀਵ ਇਸਤਰੀ ਦਾ ਪੂਰਨ ਪਰਮਾਤਮਾ ਨਾਲ ਮਲਾਪ ਵਿਆਹ ਹੋ ਜਾਂਦਾ ਹੈ ਜੀਵ ਇਸਤਰੀ ਦੇ ਹਿਰਦੇ ਵਿੱਚ ਸਾਰੇ ਸੁੱਖ ਆਵਸਦੇ ਹਨ ਪ੍ਰਭੂ ਪਤੀ ਨਾਲੋਂ ਉਸ ਦਾ ਵਿਛੋੜਾ ਮੁੱਕ ਜਾਂਦਾ ਹੈ ਮਿਲ ਸੰਤਿ ਆਏ ਪ੍ਰਭ ਧਿਆਏ ਬਣੇ ਅਚਰਜ ਜਾਨੀਆਂ ਸੰਤ ਜਨ ਮਿਲ ਕੇ ਸਾਧ ਸੰਗਤ ਵਿੱਚ ਆਉਂਦੇ ਹਨ ਪ੍ਰਭੂ ਦੀ ਸਿਫਤ ਤਸਲਾਹ ਕਰਦੇ ਹਨ ਜੀਵ ਇਸਤਰੀ ਨੂੰ ਪ੍ਰਭੂ ਪਤੀ ਨਾਲ ਮਿਲਾਣ ਵਾਸਤੇ ਇਹ ਸਤ ਸੰਗੀ ਅਚਰਜ ਜਾਨੀ ਬਣਦੇ ਹਨ ਮਿਲ ਇਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਨੀਆਂ ਸੰਤ ਜਨ ਮਿਲ ਕੇ ਸਾਧ ਸੰਗਤ ਵਿੱਚ ਇਕੱਠੇ ਹੁੰਦੇ ਹਨ ਆਤਮਿਕ ਅਡੋਲਤਾ ਵਿੱਚ ਟਿਕਦੇ ਹਨ ਮਨ ਲੜਕੀ ਵਾਲਿਆਂ ਦੇ ਘਰ ਟਕਾਓ ਹੋ ਰਿਹਾ ਹੈ ਜਿਵੇਂ ਲੜਕੀ ਦੇ ਸੰਬੰਧੀਆਂ ਦੇ ਮਨ ਵਿੱਚ ਚਾਹੋ ਪੈਦਾ ਹੁੰਦਾ ਹੈ ਤਿਵੇਂ ਜਿੰਦ ਦੇ ਸਾਥੀਆਂ ਦੇ ਮਨ ਵਿੱਚ ਸਾਰੇ ਗਿਆਨ ਇੰਦਰੀਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਮਿਲ ਜੋਤ ਜੋਤੀ ਔਤ ਪੋਤੀ ਹਰ ਨਾਮ ਸਭ ਰਸ ਭੁੱਗੋ ਸਾਧ ਸੰਗਤ ਦੇ ਪਰਤਾਪ ਨਾਲ ਜੀਵ ਇਸਤਰੀ ਦੇ ਜਿੰਦ ਪ੍ਰਭੂ ਦੀ ਜੋਤ ਵਿੱਚ ਮਿਲ ਕੇ ਤਾਂਨੇ ਪੇਟੇ ਮੰਗ ਇੱਕ ਮਿਕ ਹੋ ਜਾਂਦੀ ਹੈ ਜਿਵੇਂ ਜਾਨੀਆਂ ਮਾਨੀਆਂ ਨੂੰ ਸਾਰੇ ਸੁਆਦਲੇ ਭੋਜਨ ਛਕਾਏ ਜਾਂਦੇ ਹਨ ਤਿਵੇਂ ਜੀਵ ਇਸਤਰੀ ਨੂੰ ਪਰਮਾਤਮਾ ਦਾ ਨਾਮ ਭੋਜਨ ਪ੍ਰਾਪਤ ਹੁੰਦਾ ਹੈ ਬਨਵੰਤ ਨਾਨਕ ਸਭ ਸੰਤ ਮੇਲੇ ਪ੍ਰਭ ਕਰਨੇ ਕਾਰਨ ਜੁਗ ਨਾਨਕ ਬੇਨਤੀ ਕਰਦਾ ਹੈ ਇਹ ਸਾਰੀ ਗੁਰੂ ਦੀ ਨਿਹ ਨਹਿਰ ਹੈ ਗੁਰੂ ਸੰਤ ਨੇ ਸ਼ਰਨ ਪਈ ਸਾਰੀ ਲੋਕਾਈ ਨੂੰ ਸਾਰੇ ਜਗਤ ਦਾ ਮੂਲ ਸਭਨਾ ਤਾਕਤਾਂ ਦਾ ਮਾਲਕ ਪਰਮਾਤਮਾ ਮਿਲਾਇਆ ਹੈ ਭਵਨ ਸੁਹਾਵੜਾ ਧਰਤਿ ਸਹਾਗੀ RAM ਉਸ ਦਾ ਜੀਵ ਇਸਤਰੀ ਸਰੀਰ ਭਵਨ ਸੂਣਾ ਹੋ ਜਾਂਦਾ ਹੈ ਉਸ ਦੀ ਹਿਰਦਾ ਧਰਤੀ ਭਗਾ ਵਾਲੀ ਬਣ ਜਾਂਦੀ ਹੈ ਪ੍ਰਭ ਘਰ ਆਇੜਾ ਗੋਰੇ ਚਰਣੀ ਲਾਗੀ RAM ਜਿਹੜੀ ਜੀਵ ਇਸਤਰੀ ਗੁਰੂ ਦੀ ਚਰਣੀ ਲੱਗਦੀ ਹੈ ਉਸ ਦੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਆ ਬੈਠਦਾ ਹੈ ਗੁਰ ਚਰਣੀ ਲਾਗੀ ਸਹਜ ਜਾਗੀ ਸਗਲ ਇਸ਼ਾ ਪੁੰਨੀਆਂ ਜਿਹੜੀ ਜੀਵ ਇਸਤਰੀ ਗੁਰੂ ਦੀ ਚਰਣੀ ਲੱਗਦੀ ਹੈ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਵਿਕਾਰਾਂ ਦੇ ਹਲਿਆਂ ਵੱਲੋਂ ਸੁਚੇਤ ਰਹਿੰਦੀ ਹੈ ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤ ਵਿਸੁੰਨਿਆ ਸਾਧ ਸੰਗਤ ਦੇ ਚਰਨ ਧੂੜ ਦੇ ਪ੍ਰਤਾਪ ਨਾਲ ਉਸ ਦੇ ਅੰਦਰੋਂ ਮਮਤਾ ਵਧਾਣ ਵਾਲੀ ਆਸ ਖਤਮ ਹੋ ਜਾਂਦੀ ਹੈ ਉਸ ਨੂੰ ਚਿਰਾਂ ਦੇ ਵਿਛੜੇ ਹੋਏ ਪ੍ਰਭੂ ਕੰਤ ਜੀ ਮਿਲ ਪੈਂਦੇ ਹਨ आनंद अनदिन बजज है वाजे अहन मत मन की त्यागी गुरु दी चरनी लगी हुई जीव विस्तरी दे अंदर हर वेले आत्मिक आनंद दे वाजे बजदे रहेंदे हन जिस दा सदका ओहे अपने मन दी हुमै वाली मत त्याग देंदी है बिनवंत नानक शरण स्वामी संत संग लेवे लागी नानक विनती करदा है ਸਾਧ ਸੰਗਤ ਵਿੱਚ ਰਹਿ ਕੇ ਉਸ ਦੀ ਸੁਰਤ ਮਾਲਕ ਪ੍ਰਭੂ ਵਿੱਚ ਲੱਗੇ ਰਹੀਂਦੀ ਹੈ ਉਹ ਜੀਵ ਇਸਤਰੀ ਮਾਲਕ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ ਆਨੰਦ ਅਨ ਦਿਨ ਵਜਹਿ ਵਾਜੇ ਅਹੰ ਮਤ ਮਨ ਕੀ ਤਿਆਗੀ ਦਿਨਵੰਤ ਨਾਨਕ ਸਰਨ ਸੁਵੰਮੀ ਸੰਤ ਸੰਗ ਲਿਵ ਲਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੱਜ ਦੇ ਪਰਮਾਨ ਇਸੇ ਤਰ੍ਹਾਂ ਰੋਜ਼ਾਨਾ ਵਿਆਖਿਆ ਸਾਹਿਤ ਹੁਕਮਨਾਮੇ ਸਰਵਣ ਕਰਨ ਵਾਸਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਜੀ ਜਿਨ੍ਹਾਂ ਗੁਰਮੁਖਾਂ ਗੁਰੂਗਿਆ ਸੰਗਤਾਂ ਨੇ ਪਾਵਨ ਗੁਰਬਾਣੀ ਸਰਵਣ ਕੀਤੀ ਹੈ ਮਹਾਰਾਜ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਆਸਮਰਦਾਂ ਪੂਰੀਆਂ ਕਰਨ ਸ੍ਰੀ ਰੰਧੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਆਪਸੀ ਪ੍ਰੇਮ ਪਿਆਰ ਤੁਲੁਕਿਤ ਫਾਗਦਿਆਂ ਦਾਤਾਂ ਬਖਸ਼ਣ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ ਜੀ